ਸ਼ਿਵਸਨਾ ਬਲ ਠਾਕਰੇ ਦੀ ਇੱਕ ਅਹਿਮ ਪ੍ਰੈਸ ਕਾਨਫਰੰਸ ਪੰਜਾਬ ਉਪ ਪ੍ਰਧਾਨ ਰਮੇਸ਼ ਨਈਅਰ ਦੀ ਪ੍ਰਧਾਨਗੀ ਹੇਠ ਸ਼ਿਵਸਨਾ ਦਫ਼ਤਰ ਵਿਖੇ ਹੋਈ ਹੈ ਮੀਟਿੰਗ ਨੂੰ ਸੰਬੋਧਨ ਕਰਦਿਆ ਰਮੇਸ਼ ਨਈਅਰ ਨੇ ਕਿਹਾ ਕਿ ਪੰਜਾਬ 'ਚ ਜੰਗਲ ਰਾਜ ਚੱਲ ਰਿਹਾ ਹੈ ਹਰ ਰੋਜ਼ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਹੈ ਵਪਾਰੀਆਂ ਤੋਂ ਫਿਰੋਤੀ ਮੰਗੀ ਜਾ ਰਹੀ ਹੈ ਜੋ ਪੈਸੇ ਨਹੀਂ ਦਿੰਦੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਬਟਾਲਾ ਸ਼ਹਿਰ 'ਚ ਆਏ ਦਿਨ ਦਿਨ ਦਿਹਾੜੇ ਗੁੰਡਾਗਰਦੀ ਲੁੱਟਖੋਹ ਦੀਆਂ ਘਟਨਾਵਾਂ ਸਰਿਆਮ ਹੋ ਰਹੀਆਂ ਨੇ ਪਰ ਪ੍ਰਸ਼ਾਸਨ ਇਹ ਸਾਰਾ ਡਰਾਮਾ ਬੰਦ ਅੱਖਾਂ ਨਾਲ ਦੇਖ ਰਿਹਾ ਹੈ ਅਤੇ ਅਜਨਾਲਾ ਘਟਨਾ ਨੂੰ ਲੈ ਕੇ ਵੀ ਸਬਕਾਂ ਤੇ ਸਵਾਲ ਖੜੇ ਕੀਤੇ ਨੇ ਆਹ ਤੁਹਾਨੂੰ ਦਿਖਾਣੇ ਆ ਬਟਾਲਾ ਤੋਂ ਪੱਤਰਕਾਰ ਜਤਿੰਦਰ ਸੋਢੀ ਦੀ ਰਿਪੋਰਟ ਜੈ ਸ਼੍ਰੀ ਰਾਮ ਮੈਂ ਰਮੇਸ਼ ਨੇ ਸੀਨੀਅਰ ਉਪ ਮੁੱਖ ਪੰਜਾਬ ਛੇਸਣਾ ਬਾਲਾ ਠਾਕਰੇ ਤੋਂ ਜਿਹੜੀ ਅੱਜ ਦੀ ਪ੍ਰੈਸ ਕਾਨਫਰੈਂਸ ਰੱਖੀ ਆ ਇਸ ਮੁੱਦੇ ਦੇ ਉੱਪਰ ਕਿ ਪੰਜਾਬ ਦੀ ਜਿਹੜੀ ਆ ਹਾਲਾਤ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਦਿਨ ਬਦਨ ਬਿਗੜਦੇ ਜਾ ਰਹੇ ਆ ਕਿਉਂਕਿ ਇੱਕ ਤੇ ਇਹ ਨਹੀਂ ਸਮਝਉਂਦੀ ਕਿ ਬਿਹਾਰ ਆ ਕਿ ਪੰਜਾਬ ਆ ਬਿਹਾਰ ਵਿੱਚ ਵੀ ਤਾਂ ਬੜੀ ਵਧੀਆ ਪੋਜੀਸ਼ਨ ਆ ਇਨੀ ਮਾਰੀ ਨਹੀਂ ਜਿੰਨੀ ਪੰਜਾਬ 'ਚ ਹੋ ਗਈ ਆ ਦਿਨ ਰਾਤ ਕਦੀ ਕਿਹਦਾ ਹੱਥ ਵੱਢ ਲੇ ਜਾਂਦਾ ਕਿਸ ਨੂੰ ਗੋਲੀ ਮਾਰ ਦਈ ਜਾਂਦੀ ਕਿਸੇ ਚੈਨੀ ਖੋਲੀ ਜਾਂਦੀ ਆ ਕਿਸੇ ਦੀ ਦੁਕਾਨਾ ਤੋੜਦੀ ਜਾਂਦੀਆਂ ਤੇ ਇਹ ਜਾਂ ਦੂਜੇ ਬਨੇ ਜੋ ਅਜਨਾਲੇ ਜੋ ਆ ਇਹ ਹਾਲਾਤ ਤੁਹਾਡੇ ਸਾਹਮਣੇ ਨੇ ਇਹ ਤਾਂ ਸਾਨੂੰ ਸਾਰ ਸਾਨੂੰ ਕੀ ਲਾਉਂ ਲੱਗਦਾ ਕਿ ਜਿਦਾਂ ਬੜੀ-ਬੜੀ ਸਾਜ਼ਿਸ਼ ਦੇ ਤੌਰ ਤੇ ਪੰਜਾਬ ਦੀ ਬਰਬਾਦੀ ਦੀ ਕਹਾਣੀ ਲਿਖੀ ਜਾਂਦੀ ਆ ਕਿਉਂਕਿ ਪੰਜਾਬ ਜਿਹੜਾ ਵਾ ਗੁਰੂ ਪੀਰਾਂ ਦੀ ਧਰਤੀ ਆ ਪਰ ਜੋ ਹੁਣ ਹਾਲਾਤ ਹੋ ਗਏ ਇਹ ਲੱਗਦਾ ਕਿ ਚੋਰਾਂ ਦੀ ਧਰਤੀ ਹੋ ਗਈ ਆ ਦੂਜੇ ਬਨੇ ਭਾਈ ਅੰਮ੍ਰਿਤਪਾਲ ਜਦੋਂ ਦਾ ਆਇਆ ਇਨੇ ਨਾਲੇ ਜੇ ਥਾਂੇ ਦਾ ਘਰਾਵ ਕੀਤਾ ਉਸ ਤੋਂ ਬਾਅਦ ਸਾਰੇ ਪੰਜਾਬ 'ਚ ਜਿੱਦਾਂ ਭੰਬੜ ਮਚ ਗਿਆ ਲੁੱਟਾਂ ਖੋਹਾਂ ਚੋਰੀਆਂ ਡਕੈਤੀਆਂ ਤੇ ਕੋਈ ਕੰਮ ਐਸਾ ਜਿਹੜਾ ਪੰਜਾਬ 'ਚ ਨਹੀਂ ਹੋ ਰਿਹਾ ਮੇਰੀ ਜਿਹੜੀ ਪੰਜਾਬ ਦੀ ਸਰਕਾਰ ਭਗਵੰਤ ਮਾਨ ਤੋਂ ਤੇ ਡੀਜੀਪੀ ਜਿਹੜੇ ਗੋਰਵ ਯਾਦਵ ਜੀ ਉਹਨਾਂ ਕੋਲ ਬੇਨਤੀ ਆ ਕਿ ਪੰਜਾਬ ਦੀ ਸਿੱਤੀ ਨੂੰ ਕੰਟਰੋਲ ਕੀਤਾ ਜਾਵੇ ਕਿੰਨੇ ਤੇ ਇਹ ਨਾ ਹੋਏ ਹਾਲਾਤ ਕਿਸੇ ਜਿਹੜੇ ਵਿੱਚ بڑے ਮੋਟੇ ਲੈਵਲ ਤੇ ਪਲਾਨ ਹੋ ਜਾਏ ਕਿਉਂਕਿ ਇੰਡਸਟਰੀ ਜਿਹੜਾ ਪਹਿਲੇ ਪਲਾਨ ਹੋ ਰਿਹਾ ਲੋਕ ਆਪਣਾ ਕਾਰੋਬਾਰ ਇਥੋਂ ਸ਼ਿਫਟ ਕਰ ਰਹੇ ਆ ਤੇ ਜਿਹੜਾ ਲੋਕ ਰਿਦਾ ਖੁੰਦਾ ਕਾਰੋਬਾਰ ਵੀ ਆ ਇਹਨਾਂ ਲੋਕਾਂ ਨੇ ਬਿਲਕੁਲ ਹੀ ਪਠਾ ਬਾਤ ਨਾ ਮੇਰੀ ਪੰਜਾਬ ਦੀ ਸਰਕਾਰ ਭਗਵੰਤ ਮਾਨ ਕੋਲ ਉਸ ਆਪਣੇ ਇਹਦੇ ਡੀਜੀਪੀ ਸਾਹਿਬ ਕੋ ਬੇਨਤੀ ਆ ਕਿ ਪੰਜਾਬ ਦੇ ਲਾਡ ਆਰਡਰ ਦੀ ਸਥਿਤੀ ਜਿਹੜੀ ਬਹਾਲ ਕੀਤੀ ਜਾਵੇ ਜੈ ਸ਼੍ਰੀ ਰਾਮ ਪ੍ਰਧਾਨ ਜੀ ਕਿਤੇ ਕਹਿੰਦੇ ਲੱਗਦਾ ਨਹੀਂ ਕਿ ਸਰਕਾਰ ਦੋਸ਼ੀ ਇਹਦੇ ਵਿੱਚ ਹੱਥ ਸਰਕਾਰ ਦਾ ਸਰਕਾਰ ਦਾ ਹੱਥ ਨਹੀਂ ਸਰਕਾਰ ਨਕਾਮ ਹੈ ਦੋਸ਼ੀ ਹੱਥ ਦਾ ਨਹੀਂ ਸਰਕਾਰ ਖੁਦ ਕਰਾਂ ਲਈ ਕਿਹੜੀ ਸਰਕਾਰ ਚੰਦੀ ਆ ਕੋਈ ਆਪਾਂ ਆਪਣੀ ਡੇਗੀਆਂ ਪਰ ਲੇਕਿਨ ਕੋਈ ਜਿਹੜੀ ਸ਼ਰਾਰਤੀ ਲੋਕ ਨੇ ਕਿਸੇ ਕੇਂਦਰ ਦੀ ਸਰਕਾਰ ਹੋਵੇ ਜਾਂ ਦੂਜੀ ਉਹਨਾਂ ਦੀ ਨਿਤ ਕੋਸ਼ਿਸ਼ੀ ਆ ਕਿ ਪੰਜਾਬ ਨੂੰ ਜੰਗਲ ਰਾਜ ਦਾ ਪੰਜਾਬ ਨੂੰ ਜੰਗਲ ਰਾਜ ਕਰਕੇ ਤੇ ਪੰਜਾਬ ਦੀ ਸਰਕਾਰ ਨੂੰ ਡਿਸਮਿਸ ਕੀਤਾ ਜਾਵੇ ਜਾਂ ਗੌਰਨੀ ਰਾਜ ਲਾਗੂ ਕੀਤਾ ਜਾਵੇ ਮੈਂ ਅਸ਼ਮਨੀਪਰ ਕੁੱਕੂ ਪੰਜਾਬ ਇਸਤਾਨ ਚੀਫ ਸੇਨਾ ਬਾਲਠਾਕਰੇ ਤਰਮਤਾਰਨ ਤੋਂ ਮੈਂ ਸਰਕਾਰ ਦੇ ਅੱਗੇ ਇਹ ਬੇਨਤੀ ਕਰਦਾ ਵਾਂ ਕਿ ਅਮਰਤਪਾਲ ਕਹਿ ਰਿਹਾ ਵਾ ਕਿ ਸਿੱਖ ਗੋਮ ਪੰਜਾਬ ਚ ਗੁਲਾਮ ਮੈਨੂੰ ਹੱਦ ਤੱਕ ਕੋਈ ਗੁਲਾਮੀ ਵਾਲੀ ਕੋਈ ਨਜ਼ਰ ਨਹੀਂ ਆਈ ਵੀ ਗੁਲਾਮ ਕਿਹਨੂੰ ਕਹਿੰਦੇ ਆ ਗੁਲਾਮ ਤੇ ਹਿੰਦੂ ਆ ਕਿ ਜਿੰਨਾ ਵੀ ਹਿੰਦੂ ਮਾਰਿਆ ਗਿਆ ਵਾ ਜੇ ਕੁੱਟਿਆ ਗਿਆ ਜੇ ਲੁੱਟਿਆ ਗਿਆ ਜੇ ਡਸਟਰੀਆਂ ਬੰਦ ਹੋ ਗਈਆਂ ਫੈਕਟਰੀਆਂ ਬੰਦ ਹੋ ਗਈਆਂ ਵਾ ਉਹ ਪੰਜਾਬ ਦੇ ਵਿੱਚ ਹਿੰਦੂਆਂ ਦੀ ਹੋਈਆਂ ਵਾ ਸਿੱਖ ਦੇ ਸ਼ਰੇਆਮ ਲੋਕਾਂ ਦੇ ਹੱਥ ਵੱਡਣਦੇ ਨੇ ਸ਼ਰੇਆਮ ਪੁਲਿਸ ਦੇ ਘੇਰਾ ਘੇਰਾ ਪੁੰਦੇ ਬੈਣੇ ਸ਼ਰੇਆਮ ਦਰਬਾਰ ਸਾਹਿਬ ਦੇ ਵਿੱਚ ਬਹਿ ਜਾਂਦੇ ਜਾ ਕੇ ਸ਼ਰੇਆਮ ਥਿਆਲੇ ਤੁਰੇ ਫਿਰਦੇ ਨੇ ਸ਼ਰੇਆਮ ਲੋਕਾਂ ਕੋ ਖੋਹ ਕੇ ਖਾਂਦੇ ਨੇ ਫਿਰ ਕਹਿੰਦੇ ਸਿੱਖ ਗੁਲਾਮ ਸਿੱਖ ਵੱਡੇ ਵੱਡੇ ਲੀਡਰ ਬਣ ਗਏ ਨੇ ਸਿੱਖ ਪੰਜਾਬ ਦੇ ਮੁੱਖ ਮੰਤਰੀ ਸਿੱਖ ਵਾ ਜੱਟ ਵਾ ਸਾਰੇ ਨਿਕਲ ਕੇ ਦੱਸੇ ਮੈਨੂੰ ਕਿ ਕਿਤੇ ਹਿੰਦੂ ਨੇ ਕਿਤੇ ਬਾਰਦਤ ਕੀਤੀ ਹੋਵੇ ਜਾਂ ਹਿੰਦੂ ਨੇ ਕਿ ਸਿੱਖ ਨੂੰ ਧਮਕੀ ਲਈ ਹੋਵੇ ਜਾਂ ਸਿੱਖ ਨੂੰ ਕਿ ਲੁੱਟਿਆ ਖੋਇਆ ਹੋਵੇ ਮੈਨੂੰ ਇੱਕ ਦੱਸ ਦੇਣ ਕਿ ਇੱਕ ਇੱਕ ਨੁਕਸਾ ਦੱਸਣ ਹਿੰਦੂ ਦੇ ਵਿੱਚ ਤੇ ਜਿੰਨੇ ਵੀ ਸਿੱਖ ਨੇ ਜਾਂ ਉਹ ਹੈਗੇ ਨੇ ਉਹਨੇ ਸਿੱਖ ਨੂੰ ਵੀ ਉਹਨੇ ਗੁਲਾਮ ਬਣਾ ਦਿੱਤਾ ਵਾ ਆਪਣੇ ਲਫ਼ਜ਼ ਕਹਿ-ਕਹਿ ਕੇ ਗੁਰੂ ਗਰੰਥ ਸਾਹਿਬ ਨੂੰ ਨਾਲ ਪਾਲਕੀ ਬਣਾ ਕੇ ਤੇ ਉਸੇ ਆ ਕੇ ਠਣ ਜਾ ਕੇ ਟੱਕਰ ਤੇ ਘੇਰਾ ਪਾ ਦਿੱਤਾ ਉਹਦੇ ਨਾਲ ਕੀ ਹੋਇਆ ਜੀ ਲੋਕਰ ਮੰਨ ਚੇ ਇਹ ਪੈ ਗਿਆ ਵਾ ਕਿ ਬੁਜ਼ੁਰਗ ਨਕਮਾ ਆਦਮੀ ਆ ਇਹ ਇਕੱਲਾ ਕਿਹਨਾਂ ਲੜ ਨਹੀਂ ਸਕਦਾ ਇਹ ਇਕੱਲਾ ਕਿਹਨਾਂ ਬੋਲ ਨਹੀਂ ਸਕਦਾ ਇਹ ਸੱਚ ਬੋਲ ਨਹੀਂ ਸਕਦਾ ਝੂਠ ਦੇ ਉੱਤੇ ਇਹ ਬਲ ਬਲੰਦਾ ਬਣਾਉਂਦਾ ਪਿਆ ਵਾ ਇਹ ਬਕਾਤ ਆ ਹੀ ਝੂਠ ਦਾ ਸਾਰਾ ਲੈ ਰਿਆ ਵਾ ਤੇ ਜਿਹਨੇ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਲੈ ਲਿਆ ਵਾ ਉਹ ਕੀ ਕਰਦਾ ਪਿਆ ਵਾ ਇਹ ਕਹਿੰਦਾ ਗੁਰੂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹਿੰਦੂਆਂ ਵਾਸਤੇ ਤੇ ਹਿੰਦੂ ਹੈਗਾ ਸੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਰਾਏ ਉਹਨਾਂ ਨੇ ਬਕਾਇਦਾ ਹਿੰਦੂਆਂ ਨੂੰ ਇਲਜਾਜ਼ ਕਰਾਉਣ ਵਾਸਤੇ ਹਿੰਦੂਆਂ ਵਾਸਤੇ ਲੜਾਈ ਲੜੀ ਆ ਔਰ ਬਕਾਇਦਾ ਹਿੰਦੂ ਆਲੇ ਕੁਸ਼ਾਲ ਆ ਪੰਜਾਬ ਦੇ ਵਿੱਚ ਤੇ ਗੁਰੂਆਂ ਦੀ ਕਿਰਪਾ ਨਾਲ ਆ ਤੇ ਗੁਰੂਆਂ ਦੀ ਦਇਆ ਨਾਲ ਆ ਲੇਕਿਨ ਇਹ ਬੰਦਾ ਵਿਅਕਤੀ ਇਹ ਹੋ ਜਾਵਾ ਇਹਨਾਂ ਹਿੰਦੂ ਸਿੱਖ ਜਿੰਨਾ ਫਰਕ ਪਾ ਦਿੱਤਾ ਵਾ ਜਿਹੜਾ ਸਮਝ ਨਹੀਂ ਸਕਦਾ ਕੋਈ ਹਾਲ ਚਿਰ ਲੇਕਿਨ ਆਪ ਤੇ ਉਥੋਂ ਆਇਆ ਦੁਬਈ ਤੋਂ ਦੁਬਈ ਤੋਂ ਤੁਸੀਂ ਕੀ ਪਤਾ ਕੀ ਕਰਦਾ ਰਿਹਾ ਜਾ ਕੇ ਤੁਸੀਂ ਕਿਹੜਾ ਕਾਰਪੋਰਰ ਕਿਹੜਾ ਬਿਜ਼ਨਸ ਲੇਕਿਨ ਇਹ ਕਿਹਦੀ ਸ਼ਹਿਰ ਦੇ ਆਇਆ ਵਾ ਕਿਹਦੀ ਸ਼ਹਿਰ ਦੇ ਮਗਰ ਆ ਇਹਨੂੰ ਸਰਕਾਰ ਕਿਉਂ ਨਹੀਂ ਅੰਦਰ ਤੋਣ ਕੇ ਰੱਖਦੀ ਅਗਰ ਜੇ ਸਰਕਾਰ ਨੇ ਨਾ ਕੀਤਾ ਤੇ ਭਿੰ ਬੁੜੀ ਗੜੇ ਇਹਨੇ ਇਹੋ ਜਿਹਾ ਕੰਮ ਕਰਨਾ ਵਾ ਜਿਹੜਾ ਪੰਜਾਬ ਦੇ ਪਿੰਡਾਂ ਵਾਲੇ ਕੀਤਾ ਸੂ ਔਰ ਬਕਾਇਦਾ ਜਿੱਦਾਂ ਇੰਡਸਟਰੀ ਚੱਲੀ ਗਈ ਫੈਕਟਰੀ ਚੱਲੀ ਗਈ ਕੋਈ ਕਾਰੋਬਾਰ ਨਹੀਂ ਰਹਿ ਗਿਆ ਜਿੰਨੇ ਲੋਕ ਜਿ ਵਾਰਾ ਵਾ ਉਹ ਬਕਾਇਦਾ ਚੋਰੀਆਂ ਤੇ ਬਦਮਾਸ਼ੀਆਂ ਕਰਨਾ ਪਏ ਨੇ ਲੁੱਟਾ ਖੋਹਵਾ ਕਰਨਾ ਪਏ ਨੇ ਤੇ ਇਹ ਸਰਕਾਰ ਨੂੰ ਚਾਹੀਦਾ ਵਾ ਵੀ ਬਕਾਇਦਾ ਇਹਦੇ ਨਾਲ ਧਿਆਨ ਰੱਖਿਆ ਜਾਵੇ ਕਿ ਜੇ ਬਚਾਉਣਾ ਪੰਜਾਬ ਨੂੰ ਤੇ ਖੁਸ਼ਹਾਲ ਕੀਤਾ ਜਾਵੇ ਔਰ ਬਕਾਇਦਾ ਰੋਟੀ ਬਣ ਜਿੱਥੇ ਜਾਵੇ